ਭਿਆਨਕ ਹਾਦਸੇ ਦੀਆਂ ਨੇ ਜਿੱਥੇ ਇੱਕ ਸਕੂਲ ਬੱਸ 200 ਫੁੱਟ ਡੂੰਘੀ ਖੱਡ ਦੇ ਵਿੱਚ ਜਾ ਟਿੱਕੀ, ਜਿਸ ਕਾਰਨ 7 ਲੋਕਾਂ ਦੀ ਜਾਨ ਚਲੀ ਗਈ ਤੇ 20 ਲੋਕ ਜ਼ਖਮੀ ਨੇ, ਜਿਨ੍ਹਾਂ ਨੂੰ ਹੈਲੀਕਾਪਟਰ ਦੇ ਰਾਹੀਂ ਰੈਸਕਿਊ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸਕੂਲ ਬੱਸ ਦੇ ਵਿੱਚ ਕੁਝ ਲੋਕ ਸਵਾਰ ਹੋ ਕੇ ਇੱਕ ਵਿਆਹ ਅਟੈਂਡ ਕਰਨ ਜਾ ਰਹੇ ਸਨ ਤਾਂ ਅਚਾਨਕ ਹੀ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਇਹ ਸੜਕ ਤੋਂ ਸਲਿਪ ਹੋ ਕੇ 200 ਫੁੱਟ ਡੂੰਘੀ ਖੱਡ 'ਚ ਜਾ ਡਿੱਗੀ, ਜਿਸ ਤੋਂ ਬਾਅਦ ਚੀਕ ਚਿਹਾੜਾ ਮੱਚ ਗਿਆ ਅਤੇ ਥਾਏ ਹੀ 7 ਲੋਕਾਂ ਦੀ ਮੌਤ ਹੋ ਗਈ, ਜਦਕਿ 20 ਲੋਕਾਂ ਨੂੰ ਰੈਸਕਿਊ ਕਰਕੇ ਹਸਪਤਾਲਾਂ ਦੇ ਵਿੱਚ ਪਹੁੰਚਾਇਆ ਗਿਆ। ਇੱਥੇ ਹੈਲੀਕਾਪਟਰ ਟੀਮ ਦੇ ਵੱਲੋਂ ਡਟ ਕੇ ਰੈਸਕਿਊ ਕੀਤਾ ਗਿਆ ਇਹਨਾਂ ਲੋਕਾਂ ਨੂੰ ਅਤੇ ਨਜ਼ਦੀਕੀ ਹਸਪਤਾਲਾਂ ਦੇ ਵਿੱਚ ਭਰਤੀ ਕਰਵਾਇਆ ਗਿਆ। ਦੱਸ ਦਈਏ ਕਿ ਹਾਦਸਾ ਲੱਦਾਖ ਦੇ ਵਿੱਚ ਵਾਪਰਿਆ, ਜਿੱਥੇ ਲੇਹ ਲੱਦਾਖ ਦੇ ਵਿੱਚ ਇੱਕ 200 ਫੁੱਟ ਡੂੰਘੀ ਖੱਡ ਦੇ ਵਿੱਚ ਇਹ ਸਕੂਲ ਬੱਸ ਦੱਸੀ ਜਾ ਰਹੀ ਹੈ, ਜਿਸ ਵਿੱਚ 27 ਯਾਤਰੀ ਸਵਾਰ ਸਨ। ਲੱਦਾਖ ਦੇ ਦੁਰਬੁਕ ਦੇ ਨਜ਼ਦੀਕ ਹੀ ਇਹ ਬੱਸ, ਜਿਸ ਦਾ ਸੰਤੁਲਨ ਵਿਗੜਿਆ ਤੇ ਸੜਕ ਤੋਂ ਸਲਿਪ ਹੋ ਕੇ 200 ਫੁੱਟ ਡੂੰਘੀ ਖੱਡ 'ਚ ਡਿੱਗ ਗਈ। ਤਸਵੀਰਾਂ ਦੇਖੋ ਕਿ ਬੱਸ ਦਾ ਕੀ ਹਾਲ ਹੋਇਆ ਹੈ ਤੇ ਇਸ ਵਿੱਚ ਸਵਾਰ ਲੋਕਾਂ ਦੀ ਕਿਸ ਤਰ੍ਹਾਂ ਜਾਨ ਬਚੀ ਹੋਏਗੀ ਤੇ ਜਿਨ੍ਹਾਂ ਦੀ ਜਾਨ ਚਲੀ ਗਈ ਹੈ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਰੋ ਰੋ ਬੇਹਾਲ ਹੋ ਗਏ ਨੇ। ਦੱਸਿਆ ਜਾ ਰਿਹਾ ਹੈ ਕਿ ਇੱਕ ਸਕੂਲ ਬੱਸ ਦੇ ਵਿੱਚ 27 ਯਾਤਰੀ ਸਵਾਰ ਸਨ, ਜੋ ਕਿਸੇ ਵਿਆਹ ਤੇ ਜਾ ਰਹੇ ਸਨ। ਵਿਆਹ ਅਟੈਂਡ ਕਰਨਾ ਸੀ ਪਰ ਉਸ ਤੋਂ ਪਹਿਲਾਂ ਹੀ ਇਸ ਬੱਸ ਦੇ ਨਾਲ ਇਹ ਦਰਦਨਾਕ ਹਾਦਸਾ ਵਾਪਰ ਗਿਆ ਕਿ ਇਹ ਬੱਸ ਸੜਕ ਤੇ ਚੱਲਦੀ ਹੋਈ ਸੰਤੁਲਨ ਗੁਆ ਬੈਠੀ ਤੇ 200 ਫੁੱਟ ਡੂੰਘੀ ਖੱਡ 'ਚ ਜਾ ਡਿੱਗੀ, ਜਿਸ ਕਰਕੇ 7 ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਦਕਿ 20 ਲੋਕ ਜ਼ਖਮੀ ਨੇ, ਜਿਨ੍ਹਾਂ ਨੂੰ 200 ਫੁੱਟ ਹੇਠਾਂ ਤੋਂ ਹੈਲੀਕਾਪਟਰ ਦੇ ਰਾਹੀਂ ਰੈਸਕਿਊ ਕਰਕੇ ਹਸਪਤਾਲਾਂ 'ਚ ਪਹੁੰਚਾਇਆ ਜਾ ਰਿਹਾ ਹੈ। ਤਸਵੀਰਾਂ ਇੱਕ ਭਿਆਨਕ ਹਾਦਸੇ ਦੀਆਂ ਨੇ ਜਿੱਥੇ ਇੱਕ ਸਕੂਲ ਬੱਸ 200 ਫੁੱਟ ਡੂੰਘੀ ਖੱਡ ਦੇ ਵਿੱਚ ਜਾ ਟਿੱਕੀ, ਜਿਸ ਕਾਰਨ 7 ਲੋਕਾਂ ਦੀ ਜਾਨ ਚਲੀ ਗਈ ਤੇ 20 ਲੋਕ ਜ਼ਖਮੀ ਨੇ, ਜਿਨ੍ਹਾਂ ਨੂੰ ਹੈਲੀਕਾਪਟਰ ਦੇ ਰਾਹੀਂ ਰੈਸਕਿਊ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸਕੂਲ ਬੱਸ ਦੇ ਵਿੱਚ ਕੁਝ ਲੋਕ ਸਵਾਰ ਹੋ ਕੇ ਇੱਕ ਵਿਆਹ ਅਟੈਂਡ ਕਰਨ ਜਾ ਰਹੇ ਸਨ ਤਾਂ ਅਚਾਨਕ ਹੀ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਇਹ ਸੜਕ ਤੋਂ ਸਲਿਪ ਹੋ ਕੇ 200 ਫੁੱਟ ਡੂੰਘੀ ਖੱਡ 'ਚ ਜਾ ਡਿੱਗੀ, ਜਿਸ ਤੋਂ ਬਾਅਦ ਚੀਕ ਚਿਹਾੜਾ ਮੱਚ ਗਿਆ ਅਤੇ ਥਾਏ ਹੀ 7 ਲੋਕਾਂ ਦੀ ਮੌਤ ਹੋ ਗਈ, ਜਦਕਿ 20 ਲੋਕਾਂ ਨੂੰ ਰੈਸਕਿਊ ਕਰਕੇ ਹਸਪਤਾਲਾਂ ਦੇ ਵਿੱਚ ਪਹੁੰਚਾਇਆ ਗਿਆ। ਇੱਥੇ ਹੈਲੀਕਾਪਟਰ ਟੀਮ ਦੇ ਵੱਲੋਂ ਡਟ ਕੇ ਰੈਸਕਿਊ ਕੀਤਾ ਗਿਆ ਇਹਨਾਂ ਲੋਕਾਂ ਨੂੰ ਅਤੇ ਨਜ਼ਦੀਕੀ ਹਸਪਤਾਲਾਂ ਦੇ ਵਿੱਚ ਭਰਤੀ ਕਰਵਾਇਆ ਗਿਆ। ਦੱਸ ਦਈਏ ਕਿ ਹਾਦਸਾ ਲੱਦਾਖ ਦੇ ਵਿੱਚ ਵਾਪਰਿਆ, ਜਿੱਥੇ ਲੇਹ ਲੱਦਾਖ ਦੇ ਵਿੱਚ ਇੱਕ 200 ਫੁੱਟ ਡੂੰਘੀ ਖੱਡ ਦੇ ਵਿੱਚ ਇਹ ਸਕੂਲ ਬੱਸ ਦੱਸੀ ਜਾ ਰਹੀ ਹੈ, ਜਿਸ ਵਿੱਚ 27 ਯਾਤਰੀ ਸਵਾਰ ਸਨ। ਲੱਦਾਖ ਦੇ ਦੁਰਬੁਕ ਦੇ ਨਜ਼ਦੀਕ ਹੀ ਇਹ ਬੱਸ, ਜਿਸ ਦਾ ਸੰਤੁਲਨ ਵਿਗੜਿਆ ਤੇ ਸੜਕ ਤੋਂ ਸਲਿਪ ਹੋ ਕੇ 200 ਫੁੱਟ ਡੂੰਘੀ ਖੱਡ 'ਚ ਡਿੱਗ ਗਈ। ਤਸਵੀਰਾਂ ਦੇਖੋ ਕਿ ਬੱਸ ਦਾ ਕੀ ਹਾਲ ਹੋਇਆ ਹੈ ਤੇ ਇਸ ਵਿੱਚ ਸਵਾਰ ਲੋਕਾਂ ਦੀ ਕਿਸ ਤਰ੍ਹਾਂ ਜਾਨ ਬਚੀ ਹੋਏਗੀ ਤੇ ਜਿਨ੍ਹਾਂ ਦੀ ਜਾਨ ਚਲੀ ਗਈ ਹੈ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਰੋ ਰੋ ਬੇਹਾਲ ਹੋ ਗਏ ਨੇ। ਦੱਸਿਆ ਜਾ ਰਿਹਾ ਹੈ ਕਿ ਇੱਕ ਸਕੂਲ ਬੱਸ ਦੇ ਵਿੱਚ 27 ਯਾਤਰੀ ਸਵਾਰ ਸਨ, ਜੋ ਕਿਸੇ ਵਿਆਹ ਤੇ ਜਾ ਰਹੇ ਸਨ। ਵਿਆਹ ਅਟੈਂਡ ਕਰਨਾ ਸੀ ਪਰ ਉਸ ਤੋਂ ਪਹਿਲਾਂ ਹੀ ਇਸ ਬੱਸ ਦੇ ਨਾਲ ਇਹ ਦਰਦਨਾਕ ਹਾਦਸਾ ਵਾਪਰ ਗਿਆ ਕਿ ਇਹ ਬੱਸ ਸੜਕ ਤੇ ਚੱਲਦੀ ਹੋਈ ਸੰਤੁਲਨ ਗੁਆ ਬੈਠੀ ਤੇ 200 ਫੁੱਟ ਡੂੰਘੀ ਖੱਡ 'ਚ ਜਾ ਡਿੱਗੀ, ਜਿਸ ਕਰਕੇ 7 ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਦਕਿ 20 ਲੋਕ ਜ਼ਖਮੀ ਨੇ, ਜਿਨ੍ਹਾਂ ਨੂੰ 200 ਫੁੱਟ ਹੇਠਾਂ ਤੋਂ ਹੈਲੀਕਾਪਟਰ ਦੇ ਰਾਹੀਂ ਰੈਸਕਿਊ ਕਰਕੇ ਹਸਪਤਾਲਾਂ 'ਚ ਪਹੁੰਚਾਇਆ ਜਾ ਰਿਹਾ ਹੈ।